ਰਸਾ ਸਿੰਘ ਬਲਟੋਹਾ ਅਕਾਲੀ ਦਲ ਤੋਂ ਬਾਹਰ ਹੋ ਗਏ ਖੁਦ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੁਬਿਧਾ ਦੇ ਵਿੱਚ ਨਾ ਆਵੇ ਮੈਂ ਪਾਰਟੀ ਛੱਡ ਰਿਹਾ ਵਾਂ ਅੱਜ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿੰਦਾ ਕਿ ਅਕਾਲੀ ਦਲ ਨੂੰ ਇੰਨਾ ਥੱਲੇ ਲਿਆਉਣ ਵਾਲਾ ਇੰਨਾ ਗ੍ਰਾਫ ਜਿਹੜਾ ਡਿੱਗਣ ਵਾਲਾ ਉਹ ਇਕੱਲਾ ਇੱਕ ਬਿਰਸਾ ਸਿੰਘ ਬਲਟੋਹਾ ਅੱਜ ਬਿਆਨ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਜਲਦੀ ਤੋਂ ਜਲਦੀ ਜਿਹੜੀ ਆ ਉਹ ਫੈਸਲਾ ਸੁਣਾਇਆ ਜਾਵੇ ਜਿੱਦਣ ਬੇਅਦਬੀ ਹੋਈ ਸੀਗੀ ਉਦਣ ਬਿਰਸਾ ਸਿੰਘ ਬਲਟੋਹਾ ਕਿੱਥੇ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਸਵਾਲ ਚੱਕ ਰਹੇ ਕਹਿ ਰਹੇ ਨੇ ਕਿ ਬੀਜੇਪੀ ਕੇਂਦਰ ਦੇ ਨਾਲ ਮਿਲੇ ਨੇ ਕੁਝ ਡਾਕੂਮੈਂਟ ਦਿੱਤੇ ਨੇ ਉਹ ਜਨਤਾ ਕਰਨੇ ਚਾਹੀਦੇ ਨੇ ਤੁਹਾਡੀ ਸਾਂਝ ਹੀ ਜਿਹੜੀ ਉਹ ਬੀਜੇਪੀ ਨਾਲ ਰਹੀ ਹੈ ਤੁਸੀਂ ਤਾਂ ਅੱਜ ਵੀ ਲਿਲਕਣੀਆਂ ਲੈਂਦੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਲਿਆ ਜਾਵੇ ਤੁਹਾਡਾ ਗੱਠਜੋੜ ਹੋਵੇ ਇਹ ਫੈਸਲਾ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਔਰ ਮੈਂ ਫਿਰ ਵੀ ਕਹਿੰਦਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਕਿ ਫੈਸਲਾ ਲੈ ਕੇ ਕਾਰਵਾਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਅਕਾਲੀ ਦਲ ਨੂੰ ਇਹ ਹੁਕਮ ਜਾਰੀ ਕੀਤੇ ਗਏ ਕਿ 10 ਸਾਲ ਦੇ ਲਈ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ ਕੱਢਿਆ ਜਾਵੇ ਪਾਰਟੀ ਨੇ ਬੈਠਕਾਂ ਕੀਤੀਆਂ ਤਾਂ ਉਸ ਦੌਰਾਨ ਖਬਰ ਆ ਗਈ ਕਿ ਵਿਰਸਾ ਸਿੰਘ ਬਲਟੋਹਾ ਨੇ ਖੁਦ ਪਾਰਟੀ ਛੱਡ ਦਿੱਤੀ ਪਾਰਟੀ ਛੱਡਣ ਦਾ ਫੈਸਲਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਲੇਕਿਨ ਨਾਲ ਹੀ ਨਾਲ ਉਹਨਾਂ ਦੇ ਨਿਸ਼ਾਨੇ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਰਹੇ ਔਰ ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਨਾਲ ਉਹਨਾਂ ਦੀ ਨੇੜਤਾ ਹੈ ਜਿਹੜੇ ਉਹਨਾਂ ਦੇ ਪਿਆਰੇ ਬਿਆਨ ਸੀਗੇ ਕਹਿ ਰਹੇ ਕਿ ਮੈਂ ਕੁਝ ਡਾਕੂਮੈਂਟ ਦਿੱਤੇ ਨੇ ਕੁਲਬੀਰ ਸਿੰਘ ਜੀਰਾ ਮੇਰੇ ਨਾਲ ਨੇ ਗੱਲਬਾਤ ਕਰ ਲੈਣੀ ਜੀਰਾ ਸਾਹਿਬ ਵਿਰਸਾ ਸਿੰਘ ਬਲਟੋਹਾ ਅਕਾਲੀ ਦਲ ਤੋਂ ਬਾਹਰ ਹੋ ਗਏ ਖੁਦ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੁਵਿਧਾ ਦੇ ਵਿੱਚ ਨਾ ਆਵੇ ਮੈਂ ਪਾਰਟੀ ਛੱਡ ਰਿਹਾ ਵਾਂ ਮੇਰੇ ਖੂਨ ਦੇ ਵਿੱਚ ਮੇਰੇ ਰਗਾਂ ਦੇ ਵਿੱਚ ਅਕਾਲੀ ਦਲ ਹੈ ਉਹਨੂੰ ਕੋਈ ਬਾਹਰ ਨਹੀਂ ਕਰ ਸਕਦਾ ਗੱਲ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜੀ ਉਹ ਸਿੱਖਾਂ ਦੀ ਪਾਰਲੀਮੈਂਟ ਆ ਔਰ ਸਿੱਖਾਂ ਦੀ ਪਾਰਲੀਮੈਂਟ ਦੇ ਜਿਹੜੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਜਿਹਨਾਂ 'ਤੇ ਵੀ ਅੱਜ ਇਹਨਾਂ ਨੇ ਦੋਸ਼ ਲਾਏ ਨੇ ਜਿਹੜੇ ਦੋਸ਼ ਵਿਰਸਾ ਸਿੰਘ ਜੀ ਨੇ ਲਾਇਆ ਮੈਂ ਗੱਲ ਕਹਿੰਦਾ ਕਿ ਅਕਾਲੀ ਦਲ ਇਹਨਾਂ ਨੂੰ ਬਹੁਤ ਚਿਰ ਪਹਿਲਾਂ ਦਾ ਅਕਾਲੀ ਦਲ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਕਿਉਂਕਿ ਅੱਜ ਅਕਾਲੀ ਦਲ ਦੇ ਜੋ ਹਾਲਾਤ ਕੀਤੇ ਨੇ ਇਹਨਾਂ ਨੇ ਅੱਜ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿੰਦਾ ਕਿ ਅਕਾਲੀ ਦਲ ਨੂੰ ਇੰਨਾ ਥੱਲੇ ਲਿਆਉਣ ਵਾਲਾ ਇੰਨਾ ਗ੍ਰਾਫ ਜਿਹੜਾ ਡਿੱਗਣ ਵਾਲਾ ਉਹ ਇਕੱਲਾ ਇੱਕ ਬਿਰਸਾ ਸਿੰਘ ਬਲਟੋਹਾ ਔਰ ਮੈਂ ਗੱਲ ਕਹਿੰਦਾ ਕਿ ਜਿਹੜੀ ਸਾਡੀ ਸਿੱਖਾਂ ਦੀ ਪਾਰਲੀਮੈਂਟ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਵੀ ਸਿੰਘ ਸਾਹਿਬ ਰਹੇ ਨੇ ਜਾਂ ਉਹਨਾਂ ਬਾਰੇ ਕੋਈ ਟਿੱਪਣੀ ਕਰਨੀ ਜਿਹੜੀ ਹੈ ਇਹ ਬੜੀ ਮਤਭਾਗੀ ਹੈ ਇਹਦੀ ਮੈਂ ਨਿੰਦਾ ਕਰਦਾ ਔਰ ਮੈਂ ਗੱਲ ਕਰਦਾ ਕਿ ਇਹ ਹਮੇਸ਼ਾ ਅੱਜ ਜਿਹੜਾ ਅੱਜ ਬਿਆਨ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਜਲਦੀ ਤੋਂ ਜਲਦੀ ਜਿਹੜੀ ਆ ਉਹ ਫੈਸਲਾ ਸੁਣਾਇਆ ਜਾਵੇ ਜਿੱਦਣ ਬੇਅਦਬੀ ਹੋਈ ਸੀਗੀ ਉਦਣ ਵਿਰਸਾ ਸਿੰਘ ਬਲਟੋਹਾ ਕਿੱਥੇ ਸੀ ਉਦਣ ਕਿਉਂ ਨਾ ਇਹ ਗੱਲ ਕੀਤੀ ਪਰ ਮੈਂ ਫਿਰ ਵੀ ਕਹਿੰਦਾ ਕਿ ਅਕਾਲ ਤਖ਼ਤ ਸਾਹਿਬ ਨੇ ਜੋ ਫੈਸਲਾ ਕੀਤਾ ਉਹ ਜਿਹੜਾ ਬਿਲਕੁਲ ਠੀਕ ਆ ਔਰ ਅਕਾਲ ਤਖ਼ਤ ਸਾਹਿਬ 'ਤੇ ਜਿਹੜੇ ਫੈਸਲੇ ਲਏ ਜਾਂਦੇ ਆ ਸਾਨੂੰ ਜਿਹੜਾ ਸਿੱਖ ਕੌਮ ਨੂੰ ਮੰਨਣੇ ਚਾਹੀਦੇ ਕਿਉਂਕਿ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਸਵਾਲ ਚੱਕ ਰਹੇ ਕਹਿ ਰਹੇ ਨੇ ਕਿ ਬੀਜੇਪੀ ਕੇਂਦਰ ਦੇ ਨਾਲ ਮਿਲੇ ਨੇ ਕੁਝ ਡਾਕੂਮੈਂਟ ਦਿੱਤੇ ਨੇ ਉਹ ਜਨਤਾ ਕਰਨੇ ਚਾਹੀਦੇ ਨੇ ਗੱਲ ਇਹ ਆ ਕਿ ਬਿਲਕੁਲ ਜਨਤਾ ਕਰਨੇ ਚਾਹੀਦੇ ਆ ਪਰ ਮੈਂ ਬਲਟੋਹਾ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਇੱਥੋਂ ਤੱਕ ਲਿਆਂਦਾ ਜਿਨ੍ਹਾਂ ਨੂੰ ਤੁਸੀਂ ਇਹ ਗੱਲ ਕਹੀ ਕਿ ਮੈਨੂੰ ਅੱਜ ਸਾਈਕਲ ਤੋਂ ਗੱਡੀਆਂ ਵਾਲਾ ਕਰਤਾ ਤੁਹਾਡੀ ਸਾਂਝ ਹੀ ਜਿਹੜੀ ਉਹ ਬੀਜੇਪੀ ਨਾਲ ਰਹੀ ਹੈ ਤੁਸੀਂ ਤਾਂ ਅੱਜ ਵੀ ਲਿਲਕਣੀਆਂ ਲੈਂਦੇ ਹੋ ਕਿ ਕਿਸੇ ਨਾ ਕਿਸੇ ਤਰੀਕੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਲਿਆ ਜਾਵੇ ਤੁਹਾਡਾ ਗੱਠਜੋੜ ਹੋਵੇ ਇਸ ਕਰਕੇ ਇਹ ਹੈ ਕਿ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਆ ਉਹਦੇ 'ਤੇ ਕੋਈ ਇਹਨਾਂ ਨੂੰ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਫੈਸਲਾ ਲੈਣ ਨੂੰ ਹੁਣ ਜਥੇਦਾਰ ਸਾਹਿਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਖ ਵੱਖ ਮੀਟਿੰਗਾਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਫੈਸਲਾ ਲਿੱਤਾ ਜਾਏਗਾ ਚਾਹੇ ਉਸ ਦੇ ਵਿੱਚ ਸਿੱਖ ਬੁੱਧੀਜੀਵੀ ਹੋਣ ਹੋਰ ਹੋਣ ਉਹਨਾਂ ਤੋਂ ਸਲਾਹ ਮਸ਼ਵਰਾ ਲੈ ਕੇ ਹੀ ਫੈਸਲਾ ਲਿੱਤਾ ਜਾਏਗਾ ਗੱਲ ਇਹ ਆ ਕਿ ਬਿਲਕੁਲ ਕਿਉਂਕਿ ਬਹੁਤ ਵੱਡਾ ਫੈਸਲਾ ਇੱਕ ਬੰਦੇ ਨੂੰ ਤੁਸੀਂ ਉਹਨੂੰ ਜਿਹੜੀ ਵੀ ਸਜ਼ਾ ਸੁਣਾਉਣੀ ਹੈ ਉਹ ਸਜ਼ਾ ਸੁਣਾਉਣ ਦੇ ਵਿੱਚ ਜਿਹੜੇ ਹੈ ਕਿ ਮੁੜ ਕੇ ਕੱਲ੍ਹ ਨੂੰ ਕਿਸੇ ਦੇ ਤਰ੍ਹਾਂ ਦੀ ਗੱਲ ਉੱਠੇ ਉਹਨਾਂ ਨੂੰ ਹਰੇਕ ਜਿਹੜੇ ਬੁੱਧੀਜੀਵੀ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਸਾਰੇ ਸੰਤ ਸਮਾਜ ਨੂੰ ਨਾਲ ਲੈਣਾ ਚਾਹੀਦਾ ਪਰ ਇਹ ਫੈਸਲਾ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਔਰ ਮੈਂ ਫਿਰ ਵੀ ਕਹਿੰਦਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਕਿ ਫੈਸਲਾ ਲੈ ਕੇ ਕਾਰਵਾਈ ਕੀਤੀ ਜਾਵੇ ਲੇਕਿਨ ਬਲਟੋਹਾ ਹੋਰਾਂ ਨੂੰ 10 ਸਾਲ ਲਈ ਪਾਰਟੀ ਤੋਂ ਬਾਹਰ ਕੱਢਣਾ ਆ ਜਾਂ ਖੁਦ ਉਹਨਾਂ ਨੇ ਪਾਰਟੀ ਛੱਡਤੀ ਜਾਂ ਉਹਨਾਂ ਦਾ ਹਰਪ੍ਰੀਤ ਸਿੰਘ ਹੋਰਾਂ 'ਤੇ ਇਲਜ਼ਾਮ ਲਗਾਉਣਾ ਇਹਨਾਂ ਨੂੰ ਪੂਰੇ ਘਟਨਾਕ੍ਰਮ ਨੂੰ ਕਿਵੇਂ ਤੁਸੀਂ ਦੇਖਦੇ ਹੋ ਇਸ ਦੇ ਪਿੱਛੇ ਕੀ ਰੀਜ਼ਨ ਤੁਹਾਨੂੰ ਨਜ਼ਰ ਆਉਂਦੇ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਸਿਮਟ ਕੇ ਰਹਿ ਗਿਆ ਜਿਵੇਂ ਅੱਗੇ ਬੀਜੇਪੀ ਦੀ ਗੱਲ ਹੁੰਦੀ ਸੀ ਨਾ ਕਿ ਇੱਕ ਸਕੂਟਰ 'ਤੇ ਸਵਾਰ ਹੋ ਕੇ ਬੀਜੇਪੀ ਚਲੀ ਜਾਂਦੀ ਹੈ ਅੱਜ ਬੀਜੇਪੀ ਤਾਂ ਟੈਂਪੂ ਟਰੈਵਲ 'ਤੇ ਹੋ ਗਈ ਪਰ ਅਕਾਲੀ ਦਲ ਸਕੂਟਰ 'ਤੇ ਹੋ ਗਿਆ ਔਰ ਮੈਂ ਗੱਲ ਕਹਿੰਦਾ ਕਿ ਅਕਾਲੀ ਦਲ ਦਾ ਕੋਈ ਕਿਰਦਾਰ ਨਹੀਂ ਰਹਿ ਗਿਆ ਹੈਗਾ ਜੇ ਸੁੱਚਾ ਸਿੰਘ ਲਗਾ ਅਰਗੇ ਜਿਹੜੇ ਆ ਜਿਨ੍ਹਾਂ ਜਿਹੜੇ ਪੰਥ 'ਚੋਂ ਛੇਕੇ ਗਏ ਸੀ ਜੇ ਉਹਨਾਂ ਲੋਕਾਂ ਨੂੰ ਅਕਾਲੀ ਦਲ ਵਾਪਸ ਲੈ ਸਕਦਾ ਅਤੇ ਵਿਰਸਾ ਸਿੰਘ ਬਲਟੋਹਾ ਦੇ ਤਾਂ ਜਿਹੜੇ ਕਾਰਨਾਮੇ ਆ ਉਹ ਤਾਂ ਉਹਨੇ ਕੀਤੇ ਹੀ ਅਕਾਲੀ ਦਲ ਹੀ ਸੀ ਇਸ ਕਰਕੇ ਹੈ ਕਿ ਵਿਰਸਾ ਸਿੰਘ ਬਲਟੋਹਾ ਨੇ ਵੀ ਇਹ ਜਿਹੜੀ ਹੈ ਕਿ ਇੱਕ ਖੇਡ ਖੇਡੀ ਆ ਜਿਹਨੇ ਵੀ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਔਰ ਮੈਂ ਗੱਲ ਕਹਿੰਦਾ ਕਿ ਅਕਾਲੀ ਦਲ ਨੇ ਵੀ ਜਿਹੜਾ 10 ਸਾਲ ਹੀ ਕੱਢਿਆ ਕੱਢਿਆ ਤਾਂ ਤੁਸੀਂ ਵੇਖ ਲਓ ਇਹਨਾਂ ਨੇ ਕੱਢਿਆ ਨਹੀਂ ਪਾਰਟੀ ਇਹਨਾਂ ਨੇ ਖੁਦ ਛੱਡਤੀ ਅਕਾਲੀ ਦਲ ਨੇ ਅਜੇ ਤੈਅ ਕਰਨਾ ਸੀ ਕੱਢਣਾ ਨਹੀਂ ਕੱਢਣਾ ਅਕਾਲੀ ਦਲ ਨੇ ਤੈਅ ਕਰਨਾ ਸੀ ਸਾਰੀ ਇੱਕ ਇਹਨਾਂ ਦੀ ਮਿਲੀ ਭੁਗਤਾ ਪੰਕਜ ਜੀ ਇਹਨਾਂ ਦੀ ਮਿਲੀ ਭੁਗਤਾ ਤੁਸੀਂ ਮੈਂ ਕਹਿੰਦਾ ਕਿ ਇਸ ਤੋਂ ਬਾਅਦ ਦੇ ਵਿੱਚ ਇਸ
कि आ जदों तो ये काम चलता पिया है, जदों तो इन्होंने कहा कि 10 साल लिए कढ़िया जा सकता है जां इन्होंने इस्तीफा दिता, तो तुसी इन्हां दीआं फोन कॉल दीआं डिटेल कढ़ा लो। इन्हां दी जिहड़ी है सुखबीर जी नाल किन्नी वार गल होई है, तो सुखबीर जी की इन्हां नाल किन्नी वार होई है, लोकां दीआं अखां च कट्टा पाउंदे आ। मिली भुगत किंदा कह रहे हो, किंदी किंदे नाल की मिली भुगत? मैं तो यह गल कहना कि सुखबीर जी की तो इन्हां दी मिली भुगत किन्हां दी? विरसा सिंह बलटोवा दी। हाँ, और इन्हां दी मिली भुगत जिहड़ी है, मिली भुगत हो के ये जिहड़ी बयानबाजी जिहड़ी है हो रही है।